ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਸਮੇਂ ਦੀ ਵੱਡੀ ਖਬਰ ਹੈ ਕਿ ਬਠਿੰਡਾ ਦੇ ਵਿੱਚ ਮਿਲਟਰੀ ਸਟੇਸ਼ਨ ਤੇ ਜੋ ਫਾਇਰਿੰਗ ਹੋਈ ਹੈ ਤਾਂ ਇਸ ਦੇ ਵਿੱਚ 4 ਲੋਕਾਂ ਦੀ ਮੌਤ ਹੋਈ ਹੈ ਹਾਲਾਂਕਿ ਹਲੇ ਤੱਕ ਇਹ ਸਨਾਖਰ ਨਹੀਂ ਹੋ ਸਕੀ ਕਿ ਮਰਨ ਵਾਲਿਆਂ ਦੇ ਵਿੱਚ ਜਵਾਨ ਜਾਂਫਰ ਆਮ ਲੋਕ ਹੈਗੇ ਨੇ ਜਾਂ ਸਿਵਿਲিয়ান ਹੈ ਜਾਂ ਇਸ ਮਾਮਲੇ ਦੇ ਵਿੱਚ ਹੁਣ ਹਾਲਾਂਕਿ ਜੋ ਤੱਤ ਸਾਹਮਣੇ ਨਿਕਲ ਕੇ ਆ ਰਿਹਾ ਜੋ ਤਾਜ਼ਾ ਅਪਡੇਟ ਹੈ ਇਸ ਪੂਰੇ ਘਟਨਾਕਰਨ ਦੇ ਵਿੱਚ ਇਸ ਨੂੰ ਅਤਵਾਦੀ ਐਂਗਲ ਨਹੀਂ ਦੱਸਿਆ ਗਿਆ ਪੰਜਾਬ ਪੁਲਿਸ ਨੇ ਔਰ ਆਰਮੀ ਵੱਲੋਂ ਇਸ ਨੂੰ ਅਤਵਾਦੀ ਐਂਗਲ ਨਹੀਂ ਦੱਸਿਆ ਗਿਆ ਉਰੇ ਜੋ ਜਾਣਕਾਰੀ ਹੈ ਕਿ ਇਸ ਕਟਾਂ ਦੇ ਵਿੱਚ ਕੋਈ ਆਰਮੀ ਦੇ ਅੰਦਰ ਦੇ ਜਵਾਨਾਂ ਦੀ ਆਪਸੀ ਤਕਰਾਰ ਹੋ ਸਕਦੀ ਹੈ ਹਾਲਾਂਕਿ ਇਸ ਦੀ ਹਲੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਪਰ ਇਸ ਦੀ ਜ਼ਰੂਰ ਜਿਹੜੀ ਹੈ ਉਹ ਮੋਹਰ ਲਗਾ ਦਿੱਤੀ ਗਈ ਹੈ ਕਿ ਅੱਤਵਾਦੀ ਹਮਲਾ ਨਹੀਂ ਹੈ ਤਾਂ ਚਾਰ ਲੋਕਾਂ ਦੀ ਮੌਤ ਹੋਈ ਹੈ ਉਹਨਾਂ ਦੀ ਵੀ ਹਲੇ ਤੱਕ شناخت ਨਹੀਂ ਹੋ ਸਕੀ ਜੋ ਹੁਣ ਤਾਜ਼ਾ ਅਪਡੇਟ ਹੈਗੀ ਇਸ ਵਿੱਚ ਤਾਂ ਇਸ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਜਿਹੜੀ ਆਰਮੀ ਤੋਂ ਰਿਪੋਰਟ ਇਸ ਸਬੰਧੀ ਮੰਗ ਲਈ ਹੈ ਤਾਂ ਦੂਸਰੇ ਪਾਸੇ ਪੰਜਾਬ ਸਰਕਾਰ ਨੇ ਵੀ ਬਠਿੰਡਾ ਪੁਲਿਸ ਤੋਂ ਰਿਪੋਰਟ ਤਲਬ ਕਰ ਲਈ ਹੈ ਆਰਮੀ ਕੈਂਟ ਦੇ ਵਿੱਚ ਜਿਹੜੇ ਹੈਗੇ ਨੇ ਕਈ ਪਰਿਵਾਰ ਵੀ ਰਹਿੰਦੇ ਆ ਫੌਜੀ ਜਵਾਨਾਂ ਦੇ ਪਰਿਵਾਰ ਰਹਿੰਦੇ ਨੇ ਆਰਮੀ ਕੈਂਟ ਦੇ ਅੰਦਰ ਤਾਂ ਕੁਝ ਸਕੂਲ ਵੀ ਹੈਗੇ ਨੇ ਤਾਂ ਜਿਸ ਤੋਂ ਬਾਅਦ ਹੁਣ ਆਰਮੀ ਨੇ ਸਕੂਲ ਵੀ ਬੰਦ ਕਰ ਦਿੱਤਾ ਗਿਆ ਔਰ ਇਸ ਤੋਂ ਇਲਾਵਾ ਜਿਹੜੇ ਆਰਮੀ ਦੇ ਜਵਾਨਾਂ ਦੇ ਪਰਿਵਾਰ ਰਹਿੰਦੇ ਨੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਜਿਹੜਾ ਆ ਉਹ ਰਹਿਣ ਦੀ ਅਪੀਲ ਕੀਤੀ ਗਈ ਹੈ ਸਕੂਲ ਬੰਦ ਕਰ ਦਿੱਤੇ ਗਏ ਨੇ ਕੈਂਟ ਦੇ ਅੰਦਰ ਵਾਲੇ ਤਾਂ ਜੋ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਇਸ ਨੂੰ ਸਵੇਰੇ ਤਕਰੀਬਨ 4:35 ਮਿੰਟ ਤੇ ਆਰਮੀ ਦੀ ਮੈਸ ਦੇ ਵਿੱਚ ਇਹ ਫਾਇਰਿੰਗ ਹੁੰਦੀ ਹੈ ਤਾਂ ਇਸ ਤੋਂ ਬਾਅਦ ਫਿਰ ਇਹ ਘਟਨਾ ਜਿਹੜੀ ਹੈ ਇਸ ਤੋਂ ਪਹਿਲਾਂ ਖਦਸ਼ੇ ਜਤਾਇਆ ਜਾ ਰਿਹਾ ਸੀ ਕਿ ਇਸ ਨੂੰ ਕੀ ਅਤਵਾਦੀ ਐਂਗਲ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਜਾਂ ਨਹੀਂ ਕਿਉਂਕਿ ਸਵੇਰੇ ਤੜਕੇ 4:30 ਵਜੇ ਦੇ ਕਰੀਬ ਜੇਕਰ ਘਟਨਾ ਕੋਈ ਵਾਪਰਦੀ ਹੈ ਤਾਂ ਅਜਿਹੇ ਵਿਚਾਲੇ ਅਤਵਾਦੀ ਐਂਗਲ ਕੋਈ ਨਿਕਲ ਕੇ ਸਾਹਮਣੇ ਆਉਂਦਾ ਜਾਂ ਨਹੀਂ ਨਿਕਲ ਕੇ ਆਉਂਦਾ ਪਰ ਇਸ ਦੇ ਉੱਪਰ ਹੁਣ ਜੋ ਕੁਐਸਚਨ ਮਾਰਕ ਸੀ ਉਸ ਨੂੰ ਤੋੜ ਦਿੱਤਾ ਗਿਆ ਆਰਮੀ ਵੱਲੋਂ ਔਰ ਬਠਿੰਡਾ ਪੁਲਿਸ ਵੱਲੋਂ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਵਿੱਚ ਕੋਈ ਵੀ ਅਤਵਾਦੀ ਐਂਗਲ ਨਹੀਂ ਹੈ ਏਐਨਆਈ ਦੇ ਹਵਾਲੇ ਤੋਂ ਇਹ ਖਬਰ ਹੈ ਤਾਂ ਦੂਸਰੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਜੋ ਜਾਣਕਾਰੀ ਮਿਲੀ ਸੀ ਕਿ 2 ਦਿਨ ਪਹਿਲਾਂ ਇੱਕ ਰਾਈਫਲ ਜਿਹੜੀ ਹੈ ਉਹ ਗੁੰਮ ਹੋਈ ਸੀ ਗਾਇਬ ਹੋਈ ਸੀ ਤੇ ਨਾਲ 28 ਗੋਲੀਆਂ ਵੀ ਜਿਹੜੀਆਂ ਉਤੋਂ ਗਾਇਬ ਹੋਈ ਸੀਗੇ ਤਾਂ ਇਸ ਘਟਨਾ ਦੇ ਪਿੱਛੇ ਆਰਮੀ ਦਾ ਹੀ ਕੋਈ ਵਿਅਕਤੀ ਦੱਸਿਆ ਜਾ ਰਿਹਾ ਤਾਂ ਇਸ ਪੂਰੇ ਮਾਮਲੇ ਦੀ ਹੁਣ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਆ ਆਰਮੀ ਵੱਲੋਂ ਕੈਂਟ ਏਰੀਆ ਸੀਲ ਕਰ ਦਿੱਤਾ ਗਿਆ ਪੰਜਾਬ ਪੁਲਿਸ ਨੇ ਵੀ ਸ਼ਹਿਰ ਦੇ ਅੰਦਰ ਤੇ ਬਾਹਰ ਸੁਰੱਖਿਆ ਜਿਹੜੀ ਹੈ ਉਹ ਵਧਾ ਦਿੱਤੀ ਹੈ ਕੜੀ ਸੁਰੱਖਿਆ ਵਧਾ ਦਿੱਤੀ ਗਈ ਹੈ ਔਰ ਆਰਮੀ ਜਿਹੜਾ ਮਿਲਟਰੀ ਸਟੇਸ਼ਨ ਹੈਗਾ ਉਹਦੀ ਬਾਉਂਡਰੀ ਦੇ ਕਰੀਬ 45 ਕਿਲੋਮੀਟਰ ਜਿਹੜੀ ਹੈਗੀ ਹੈ ਬਾਉਂਡਰੀ ਇਹਦੀ ਹੈ ਉਸ ਦਾ ਵੀ ਘੇਰਾਬੰਦੀ ਜਿਹੜੀ ਕਰ ਦਿੱਤੀ ਗਈ ਹੈ ਐਮਿਸ਼ਨ ਡਿਪੂ ਜਿਹੜਾ ਹੈਗਾ ਦਿਸ ਦਾ ਸਭ ਤੋਂ ਵੱਡਾ ਡਿਪੂ ਹੈ ਇੱਕ ਜਿਹੜਾ ਬਠਿੰਡਾ ਦੇ ਵਿੱਚ ਤੈਨਾਤ ਹੈ ਜਿੱਥੇ ਅਸਲਾ ਬਾਰੂਦ ਰੱਖਿਆ ਗਿਆ ਔਰ ਦੇਸ਼ ਦੇ ਬਾਕੀ ਜਿਹੜੇ ਤਮਾਮ ਹੈਗੇ ਵੱਡੇ ਅਸਲਾ ਪੰਡਾਰ ਉਹਨਾਂ ਦੇ ਵਿੱਚੋਂ ਇੱਕ ਆਰਮੀ ਕੈਂਟ ਬਠਿੰਡਾ ਦੇ ਵਿੱਚ ਵੀ ਰੱਖਿਆ ਹੋਇਆ ਸਵੇਰੇ 4:30 ਵਜੇ 4:35 ਮਿੰਟ ਦੇ ਉੱਪਰ ਮੈਸ ਦੇ ਅੰਦਰ ਜੋ ਜਾਣਕਾਰੀ ਮਿਲੀ ਸੀ ਕਿ ਗੋਲੀਬਾਰੀ ਹੋਈ ਹੈ ਹਾਲਾਂਕਿ ਹਲੇ ਤੱਕ ਅਪਡੇਟ ਜਿਹੜੀ ਹੈਗੀ ਆ ਉਹ ਇਹ ਹੈ ਇਸ ਮਾਮਲੇ ਦੇ ਵਿੱਚ ਕਿ ਇਸ ਨੂੰ ਅਤਵਾਦੀ ਐਂਗਲ ਨਹੀਂ ਦੱਸਿਆ ਗਿਆ ਦੂਸਰੇ ਪਾਸੇ ਕੇਂਦਰ ਸਰਕਾਰ ਵੱਲੋਂ ਵੀ ਆਰਮੀ ਤੋਂ ਰਿਪੋਰਟ ਤਲਬ ਕਰ ਲਈ ਗਈ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਰਮੀ ਤੋਂ ਇਸ ਸਬੰਧੀ ਪੂਰੀ ਰਿਪੋਰਟ ਮੰਗ ਲਈ ਹੈ ਕਿ ਘਟਨਾ ਕਿਵੇਂ ਵਾਪਰੀ ਹੈ ਕੌਣ ਇਸ ਦੇ ਪਿੱਛੇ ਜ਼ਿੰਮੇਦਾਰ ਔਰ ਦੂਸਰੇ ਪਾਸੇ ਪੰਜਾਬ ਸਰਕਾਰ ਨੇ ਵੀ ਬਠਿੰਡਾ ਪੁਲਿਸ ਤੋਂ ਜਾਣਕਾਰੀ ਹਾਸਲ ਕਰ ਲਈ ਹੈ ਔਰ ਰਿਪੋਰਟ ਤਲਬ ਕਰ ਦਿੱਤੀ ਗਈ ਹੈ ਸਕੂਲ ਜਿਹੜੇ ਹੈਗੇ ਨੇ ਆਰਮੀ ਕੈਂਟ ਦੇ ਵਿੱਚ ਉਸ ਨੂੰ ਬੰਦ ਕਰ ਦਿੱਤਾ ਗਿਆ ਸਵੇਰੇ ਤੜਕੇ ਅੱਜ 4:35 ਮਿੰਟ ਤੇ ਘਟਨਾ ਵਾਪਰੀ ਜਿਵੇਂ ਹੀ ਸਭ ਤੋਂ ਪਹਿਲਾ ਖਬਰ ਸਾਹਮਣੇ ਨਿਕਲ ਕੇ ਆਂਦੀ ਹੈ ਤਾਂ ਬਠਿੰਡਾ ਦੇ ਵਿੱਚ دہشت ਦਾ ਮਾਹੌਲ ਦੇਖਣ ਨੂੰ ਮਿਲਦਾ ਔਰ ਲੋਕਾਂ ਨੂੰ ਖਦਸ਼ਾ ਸੀ ਕਿ ਸ਼ਾਇਦ ਇਹ ਅਤਵਾਦੀ ਹਮਲਾ ਹੋ ਸਕਦਾ ਇਸ ਕਰਕੇ ਪੁਲਿਸ ਵੀ ਜਿਹੜੀ ਹੈ ਚੱਪੇ-ਚੱਪੇ ਤੇ ਤਾਇਨਾਤ ਕਰ ਦਿੱਤੀ ਗਈ ਸੀ ਫਿਲਹਾਲ ਇਸ ਸਮੇਂ ਦੀ ਇਹੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਕਿ ਬਠਿੰਡਾ ਦੇ ਵਿੱਚ ਜੋ ਇਹ ਘਟਨਾ ਵਾਪਰੀ ਹੈ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਇਸ ਦੇ ਵਿੱਚ ਅਤਵਾਦੀ ਐਂਗਲ ਨਹੀਂ ਹੈ ਸਰਕਾਰ ਕੇਂਦਰ ਨੇ ਤੇ ਪੰਜਾਬ ਸਰਕਾਰ ਨੇ ਰਿਪੋਰਟ ਤਲਬ ਕਰ ਲਈ ਹੈ ਇੱਕ ਨੇ ਪੁਲਿਸ ਤੋਂ ਕੀਤੀ ਹੈ ਤੇ ਕੇਂਦਰ ਨੇ ਆਰਮੀ ਤੋਂ ਕਰ ਲਈ ਹੈ ਤਾਂ ਇਸ ਪੂਰੇ ਘਟਨਾਕਰਨ ਦੇ ਵਿਚਾਲੇ ਜੇਕਰ ਦੇਖਿਆ ਜਾਵੇ ਤਾਂ ਬਠਿੰਡਾ ਦੇ ਨੇੜੇ ਤਲਵੰਡੀ ਸਾਬੋ ਹੈ ਔਰ ਤਲਵੰਡੀ ਸਾਬੋ ਦੇ ਵਿੱਚ ਕੱਲ ਨੂੰ 14 April ਨੂੰ ਜਿਹੜੇ ਹੈਗੇ ਵਿਸਾਖੀ ਦੇ ਵੱਡੇ ਸਮਾਗਮ ਕਰਵਾਏ ਜਾਣੇ ਨੇ ਤੇ ਇਸ ਕਰਕੇ ਸੁਰੱਖਿਆ ਦੇ ਪੂਖਤਾ ਪ੍ਰਬੰਧ ਕੀਤੇ ਹੋਏ ਸੀ ਪਰ ਅਜੇ ਇਹ ਵਿਚਾਲੇ ਗੋਲੀਬਾਰੀ ਦੀ ਘਟਨਾ ਦੇ ਨਾਲ ਸ਼ਹਿਰ ਦੇ ਵਿੱਚ ਜ਼ਰੂਰ ਸੰਸਨੀ ਫੈਲੀ ਹੋਏਗੀ ਤਾਂ ਦੇਖੇ ਜਾਵੇ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਲਵੰਡੀ ਸਾਬੋ ਜੋ ਬਠਿੰਡਾ ਦੇ ਨੇੜੇ ਹੈਗਾ ਤਖਤ ਸ੍ਰੀ ਦਮਦਮਾ ਸਾਹਿਬ ਉੱਥੇ ਇੱਕ ਜੋ ਗੁਰਮਤ ਸਮਾਗਮ ਰੱਖੇਗੇ ਨੇ ਵਿਸਾਖੀ ਦੇ ਮੌਕੇ ਦੇ ਉੱਪਰ ਸਿੱਖ ਸੰਗਤ ਨੂੰ ਵੱਗ ਚੜ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਤੇ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਇਸ ਦਾ ਵੀ ਕੋਈ ਅਸਰ ਪਵੇਗਾ ਸੰਗਤ ਦੇ ਇਕੱਠ ਨੂੰ ਕੋਈ ਲੈ ਕੇ ਕੋਈ ਨਵੀਂ ਐਡਵਾਈਜ਼ਰੀ ਸਰਕਾਰ ਜਾਰੀ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ ਫਿਲਹਾਲ ਜੋ ਇਸ ਸਮੇਂ ਦੀ ਵੱਡੀ ਖਬਰ ਹੈ ਕਿ ਸਵੇਰੇ ਤੜਕੇ ਬੁੱਧਵਾਰ ਯਾਨੀ ਕਿ ਅੱਜ ਸਵੇਰੇ 4:35 ਤੇ ਬਠਿੰਡਾ ਮਿਲਟਰੀ ਸਟੇਸ਼ਨ ਦੇ ਉੱਪਰ ਮੈਸ ਦੇ ਨੇੜੇ ਗੋਲੀਬਾਰੀ ਦੀ ਘਟਨਾ ਵਾਪਰਦੀ ਹੈ ਗੋਲੀ ਗੋਲੀਬਾਰੀ ਹੁੰਦੀ ਹੈ ਕਈ ਰਾਉਂਡ ਫਾਇਰ ਹੁੰਦੇ ਨੇ ਤਾਂ ਇਸ ਵਿੱਚ ਵਾਲੇ 4 ਲੋਕਾਂ ਦੀ ਮੌਤ ਹੋ ਜਾਂਦੀ ਹੈ ਇਹ 4 ਕੌਣ ਹੈਗੇ ਨੇ ਇਸ ਸਿਵਿਲੀਅਨ ਹੈ ਜਾਂ ਫਿਰ ਆਰਮੀ ਦੇ ਹੀ ਜਵਾਨ ਹੈਗੇ ਨੇ ਇਸ ਬਾਰੇ ਹਲੇ ਤੱਕ ਜਾਣਕਾਰੀ ਨਹੀਂ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਅਪਡੇਟ ਸਾਡੇ ਤੋਂ ਆ ਰਹੀ ਸੀ ਉਹ ਇਹ ਸੀ ਕਿ ਆਰਮੀ ਨੇ ਅੰਦਰ ਯਾਨੀ ਕਿ ਕੈਂਟ ਦੇ ਅੰਦਰ ਪੰਜਾਬ ਪੁਲਿਸ ਨੂੰ ਵੀ ਜਾਣ ਤੋਂ ਰੋਕ ਦਿੱਤਾ ਸੀ ਬਾਕੀ ਦੀ ਐਂਟਰੀ ਤਾਂ ਬੈਨ ਹੈਗੀ ਆ ਪਰ ਪੰਜਾਬ ਪੁਲਿਸ ਨੂੰ ਵੀ ਸਟਾਰਟਿੰਗ ਦੇ ਵਿੱਚ ਜਿਹੜਾ ਉੱਥੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਸੀ ਤਾਂ ਹੁਣ ਆਰਮੀ ਨੇ ਅੰਦਰਲੀ ਸਾਈਡ ਤੇ ਪੂਰਾ ਕਵਰ ਕੀਤਾ ਹੈ ਕਿਉਂਕਿ ਜੋ 45 ਕਿਲੋਮੀਟਰ ਦੀ ਬਾਉਂਡਰੀ ਹੈਗੀ ਹੈ ਬਠਿੰਡਾ ਮਿਲਟਰੀ ਸਟੇਸ਼ਨ ਦੀ ਤਾਂ ਬਾਹਰਲੀ ਸਾਈਡ ਤੇ ਪੰਜਾਬ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ ਹਮਿਸ਼ਨ ਡਿਪੋ ਵੀ ਇੱਥੇ ਹੈ ਸਭ ਤੋਂ ਵੱਡਾ ਦੇਸ਼ ਦਾ ਹਮਿਸ਼ਨ ਡਿਪੋ ਹੈ ਜਿੱਥੇ ਅਸਲਾ ਰੱਖਿਆ ਜਾਂਦਾ ਅਸਲਾ ਭੰਡਾਰ ਬਠਿੰਡਾ ਦੇ ਵਿੱਚ ਵੀ ਸਭ ਤੋਂ ਵੱਧ ਗਿਣਤੀ ਦੇ ਵਿੱਚ ਹੈ ਤਾਂ ਹੋਰ ਤਾਜ਼ਾ ਕੀ ਅਪਡੇਟ ਆਉਂਦੀ ਹੈ ਤੁਸੀਂ ਲਗਾਤਾਰ ਸਾਡੇ ਨਾਲ ਜੁੜੇ ਰਹਿਣਾ